हेलो फ्रेंड्स, आज दिल कीता कि तुहाडे नाल कुछ शेयर करिए। मैकडॉल म्यूजिक अकैडमी दे विच जो कुछ असीं अपने स्टूडेंट्स नूं सिखांदे आ ओह उहदे च इक छोटा जिहा एक पार्ट तुहाडे नाल शेयर करदे आ। साडा सिलेबस दा लैवल 3 लैसन 9 ते ए है, उहदे विच है कि ऑर्नामेंटेशन ऑफ म्यूजिक। असीं अपनी गायकी नूं खूबसूरत किस तरह बना सकते हैं ना, उहदे विच एक पार्ट है मीनड। ਅੱਜ ਤੁਹਾਡਾ ਮੇਨ ਡਿਸਕਸ ਕਰਾਂਗੇ ਔਰ ਮੇਰੇ ਨਾਲ ਮੇਰੇ ਬਹੁਤ ਹੀ ਪਿਆਰੇ ਸਟੂਡੈਂਟ ਸਰਬਜੀਤ। ਇੱਕ ਨੋਟ ਤੋਂ ਦੂਸਰੇ ਨੋਟ ਤੱਕ ਜਦੋਂ ਅਸੀਂ ਜਾਂਦੇ ਹਾਂ ਤਾਂ ਉਹਦੇ ਦੌਰਾਨ ਸ਼ਰੂਤੀਆਂ ਵੀ ਹੁੰਦੀਆਂ ਔਰ ਕੁਛ ਹੋਰ ਨੋਟਸ ਵੀ ਹੁੰਦੇ ਆ। ਸਪੋਜ਼ ਮੈਂ ਐਗਜ਼ਾਮਪਲ ਦੇਵਾਂ ਤਾਂ ਸਾਹ ਤੋਂ ਲੱਗ ਕੇ ਸ਼ੁੱਧ ਗਾ ਤੱਕ ਅਗਰ ਅਸੀਂ ਜਾਂਦੇ ਹਾਂ ਤਾਂ ਉਹਦੇ ਇਨ ਬਿਟਵੀਨ ਸ਼ਰੂਤੀਆਂ ਵੀ ਮਿਲਦੀਆਂ ਔਰ ਕੋਮਲ ਰੇ ਹੈ, ਸ਼ੁੱਧ ਰੇ ਹੈ, ਕੋਮਲ ਗਾ ਹੈ, ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਕਵਰ ਕਰਨਾ ਹੈਗਾ, ਕਵਰ ਕਰਕੇ ਜਾਣਾ, ਇੱਕ ਗਲਾਈਡ ਕਰਕੇ ਇੱਕ ਨੋਟ ਤੋਂ ਦੂਸਰੇ ਨੋਟ ਤੱਕ ਜਾਣਾ ਹੈ ਔਰ ਇੱਕ ਬ੍ਰਿਜ ਬਣਾਉਣਾ ਹੈ ਦੋ ਸਵਰ ਦਾ, ਹੈ ਨਾ। ਜੇ ਅਸੀਂ ਨਹੀਂ ਬਣਾਉਂਦੇ ਤਾਂ ਫਿਰ ਕਿਸ ਤਰ੍ਹਾਂ ਗਾਉਂਦੇ ਹਾਂ, ਜਿਹੜੀ ਸਟ੍ਰੇਟ ਸਿੰਗਿੰਗ ਹੈ। ਔਰ ਜੇ ਅਸੀਂ ਬ੍ਰਿਜ ਕਰਕੇ ਜਾਂਦੇ ਜਾਂ ਗਲਾਈਡ ਕਰਕੇ ਜਾਂਦੇ ਹਾਂ ਤਾਂ ਫਿਰ ਕਿਸ ਤਰ੍ਹਾਂ ਗਾਉਂਦੇ, ਮੈਂ ਦੋਨੋਂ ਤੁਹਾਨੂੰ ਗਾ ਕੇ ਦੱਸ ਰਿਹਾ। ਸਾ ਤੋਂ ਅਸੀਂ ਸ਼ੁੱਧ ਗਾ ਤੱਕ ਕਿਸ ਤਰ੍ਹਾਂ ਜਾਵਾਂਗੇ, ਜੇ ਸਟ੍ਰੇਟ ਜਾਵਾਂਗੇ ਤਾਂ ਸਾ ਬਿਲਕੁਲ ਸਿੱਧਾ। ਅਗਰ ਇਹਨੂੰ ਖੂਬਸੂਰਤ ਬਣਾਉਣਾ ਸੀ ਮੀਨ ਟੈਕਨੀਕ ਦੇ ਰਾਹੀਂ ਤਾਂ ਉਹ ਕਿਸ ਤਰ੍ਹਾਂ ਗਾਵਾਂਗੇ, ਲਾਈਕ ਦਿਸ ਕਰਦੇ ਉਸ ਪੈ